ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਡਲ ਟੀਵੀ, ਮੈਂ ਹਾਂ ਜਸੀ ਕੌਰ। ਔਕਲੈਂਡ ਦੇ ਵਿੱਚ ਕ੍ਰਾਈਮ ਲਗਾਤਾਰ ਵੱਧ ਰਿਹਾ ਤੇ ਹੁਣ ਲੋਕਾਂ ਦੇ ਘਰ ਦੇ ਅੰਦਰ ਵੜ ਕੇ ਵੀ ਚੋਰੀਆਂ ਤੇ ਲੁੱਟਾਂ ਹੋ ਰਹੀਆਂ ਨੇ। ਤਾਜ਼ਾ ਮਾਮਲਾ ਔਕਲੈਂਡ ਦੇ ਨੌਰਥ ਸ਼ੋਰ ਦੇ ਗਲੈਨਫੀਲਡ ਦਾ, ਜਿੱਥੇ ਕਿ ਘਰ ਦੇ ਵਿੱਚ 3 ਜਣੇ ਵੜੇ ਤੇ ਇੱਥੇ ਮੌਜੂਦ 2 ਲੋਕਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਇਹ ਘਟਨਾ ਬੀਤੀ ਰਾਤ ਗਲੈਨਫੀਲਡ ਦੇ ਐਵਲੋਨ ਪਲੇਸ ਦੀ ਇੱਕ ਘਰ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ 3 ਜਣੇ ਇਸ ਘਰ ਦੇ ਵਿੱਚ ਐਂਟਰ ਹੋਏ ਤੇ ਇਸ ਘਰ ਦੇ ਵਿੱਚ ਮੌਜੂਦ 2 ਜਣਿਆਂ ਤੋਂ ਪੈਸਿਆਂ ਦੀ ਮੰਗ ਕੀਤੀ ਤੇ ਇਸ ਤੋਂ ਬਾਅਦ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦੇ ਹੱਥੋਂ ਹਜੇ ਵੀ ਇਹ ਫਰਾਰ ਦੇਖੇ ਜਾ ਰਹੇ ਨੇ। ਪੁਲਿਸ ਦੇ ਵੱਲੋਂ ਹਜੇ ਵੀ ਇਹਨਾਂ ਨੂੰ ਨਹੀਂ ਫੜਿਆ ਗਿਆ। ਉਧਰ ਘਰ ਦੇ ਵਿੱਚ ਮੌਜੂਦ 2 ਜਣਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ, ਜਿਨ੍ਹਾਂ ਨੂੰ ਪੁਲਿਸ ਸਪੋਰਟ ਦੇ ਰਹੀ ਹੈ। ਫਿਲਹਾਲ ਇਸ ਸਮੇਂ ਪੁਲਿਸ ਜਾਂਚ ਕਰ ਰਹੀ ਹੈ ਤੇ ਆਮ ਲੋਕਾਂ ਨੂੰ ਵੀ ਕਿਹਾ ਜਾ ਰਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ, ਕਿਸੇ ਦੇ ਕੋਲ ਕੋਈ ਸੀਸੀਟੀਵੀ ਫੁਟੇਜ ਹੋਵੇ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਕਰਨ।